ਗੁਰਦੁਆਰਾ ਲੰਗਰ ਸਾਹਿਬ ਦੇ ਅੱਗੇ ਤੋਂ ਆਪਾਂ ਭਗਤ ਨਾਮਦੇਵ ਜੀ ਦੇ ਸ਼ਹਿਰ ਨਰਸੀ, ਗੁਰਦੁਆਰਾ ਸ਼੍ਰੀ ਨਾਨਕ ਚੀਰਾ ਸਾਹਿਬ ਅਤੇ ਲੋਕਲ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਲਈ ਜੇਕਰ ਆਪਾਂ ਟੈਕਸੀ ਜਾਂ ਫਿਰ ਬੱਸ ਹਾਇਰ ਕਰਨੀ ਹੋਵੇ ਤਾਂ ਆਪਾਂ ਇਸ ਜਗ੍ਹਾ ਤੋਂ ਕਰ ਸਕਦੇ ਹਾਂ ਜੀ। ਜੇਕਰ ਤੁਸੀਂ ਸਾਡੀ ਪਿਛਲੀਆਂ ਅਬਚਲ ਨਗਰ ਨੰਦੇੜ ਮਹਾਰਾਸ਼ਟਰ ਦੀਆਂ ਵੀਡੀਓਜ਼ ਨਹੀਂ ਦੇਖੀਆਂ ਤਾਂ ਉਹਨਾਂ ਨੂੰ ਵੀ ਜਾ ਕੇ ਸਾਡੇ ਚੈਨਲ 'ਤੇ ਜ਼ਰੂਰ ਦੇਖ ਲਿਓ। ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਦਿਉ, ਵੀਡੀਓ ਨੂੰ ਲਾਈਕ ਕਰ ਦਿਉ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਜੀ। ਆ ਜਾਓ ਆਪਾਂ ਦਰਸ਼ਨ ਕਰਦੇ ਹਾਂ ਹੁਣ ਜੀ ਗੁਰਦੁਆਰਾ ਲੰਗਰ ਸਾਹਿਬ ਦੇ। ਇਸ ਜਗ੍ਹਾ ਬਾਬਾ ਨਿਧਾਨ ਸਿੰਘ ਜੀ ਨੇ ਜੀ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਬਚਨਾਂ ਅਨੁਸਾਰ ਜੀ ਖੀਸਾ ਮੇਰਾ ਹੱਥ ਤੇਰਾ ਦੇ ਕਹੇ ਅਨੁਸਾਰ ਜੀ ਇਸ ਜਗ੍ਹਾ ਲੰਗਰ ਦੀ ਸੇਵਾ ਸ਼ੁਰੂ ਕੀਤੀ ਸੀ ਜੀ। ਬਹੁਤ ਸੋਹਣਾ ਇਹ ਅਸਥਾਨ ਵੀ ਬਣਿਆ ਹੋਇਆ ਜੀ, 24 ਘੰਟੇ ਇਸ ਜਗ੍ਹਾ ਜੀ ਲੰਗਰ ਪ੍ਰਸ਼ਾਦਾ ਚੱਲਦਾ ਆ ਜੀ। ਇਹ ਆ ਜੀ ਜੋੜਾ ਘਰ, ਇਸ ਜਗ੍ਹਾ ਆਪਣਾ ਜੋੜਾ ਉਤਾਰ ਕੇ ਚੰਗੀ ਤਰ੍ਹਾਂ ਹੱਥ ਪੈਰ ਧੋ ਕੇ ਚੱਲਦੇ ਹਾਂ ਆਪਾਂ ਦਰਸ਼ਨਾਂ ਵਾਸਤੇ ਜੀ। ਗੁਰਦੁਆਰਾ ਲੰਗਰ ਸਾਹਿਬ ਦੇ ਉੱਤੇ ਬਣਿਆ ਹੋਇਆ ਜੀ ਦਰਬਾਰ ਸਾਹਿਬ, ਆ ਜਾਓ ਦਰਸ਼ਨ ਕਰਦੇ ਹਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਜੀ। ਇਹ ਥੱਲੇ ਲੰਗਰ ਹਾਲ ਆ ਤੇ ਉੱਤੇ ਬਣਿਆ ਹੋਇਆ ਦਰਬਾਰ ਸਾਹਿਬ, ਦਰਸ਼ਨ ਕਰਦੇ ਹਾਂ ਆਪਾਂ ਚੱਲੀਏ ਜੀ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਜੀ ਸਾਰਾ ਪਰਿਵਾਰ ਸਰਸਾਂ ਦੇ ਕੰਢੇ 'ਤੇ ਖੇਰੂ ਖੇਰੂ ਹੋ ਗਿਆ ਸੀ, ਵਿਛੜ ਗਿਆ ਸੀ ਸਾਡੇ ਪਾਤਸ਼ਾਹ ਦਾ ਪਰਿਵਾਰ, ਪਰ ਸਾਡੇ ਪਾਤਸ਼ਾਹ ਨੇ ਈਨ ਨਹੀਂ ਮੰਨੀ। ਪੰਜਾਬ ਛੱਡਣ ਤੋਂ ਬਾਅਦ ਜੀ ਪਾਤਸ਼ਾਹ ਨੇ ਇਸ ਜਗ੍ਹਾ ਅਬਚਲ ਨਗਰ ਵਿਖੇ ਜੀ ਡੇਰੇ ਲਾਏ ਸਾਡੇ ਪਾਤਸ਼ਾਹ ਨੇ ਜੀ। ਬਹੁਤ ਵੱਡੀ ਕੁਰਬਾਨੀ ਆ ਸਾਡੇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਜੀ। ਆਓ ਜੀ ਹੁਣ ਆਪਾਂ ਚੱਲਦੇ ਹਾਂ ਗੁਰੂ ਕੀ ਲੰਗਰਾਂ ਵੱਲੋਂ ਜੀ, ਜਿੱਥੇ ਆਪਾਂ ਆਪਣੀ ਲੋੜ ਅਨੁਸਾਰ ਪ੍ਰਸ਼ਾਦਾ ਪਾਣੀ ਛਕ ਸਕਦੇ ਹਾਂ ਜੀ। ਗੁਰਦੁਆਰਾ ਸ਼੍ਰੀ ਲੰਗਰ ਸਾਹਿਬ ਵਿੱਚ ਕਮਰਿਆਂ ਦਾ ਪ੍ਰਬੰਧ ਹੈ ਜੀ, ਤੁਸੀਂ ਇੱਥੇ ਆ ਕੇ ਕਮਰੇ ਵੀ ਕਿਰਾਏ 'ਤੇ ਲੈ ਸਕਦੇ ਹੋ ਜੀ। ਗੁਰਦੁਆਰਾ ਸ਼੍ਰੀ ਲੰਗਰ ਸਾਹਿਬ ਵਿੱਚ ਸੰਤ ਬਾਬਾ ਨਿਧਾਨ ਸਿੰਘ ਜੀ ਅਤੇ ਸੰਤ ਬਾਬਾ ਹਰਨਾਮ ਸਿੰਘ ਜੀ ਦਾ ਅੰਗੀਠਾ ਸਾਹਿਬ ਬਣਿਆ ਹੋਇਆ ਜੀ, ਆਪਾਂ ਉਸਦੇ ਵੀ ਦਰਸ਼ਨ ਕਰਾਂਗੇ। ਇੱਥੇ 6 ਵਜੇ ਤੋਂ ਲੈ ਕੇ 9 ਵਜੇ ਤੱਕ ਸਵੇਰੇ ਸੰਤ ਬਾਬਾ ਬਲਵਿੰਦਰ ਸਿੰਘ ਜੀ ਵਾਹਿਗੁਰੂ ਸਿਮਰਨ ਦਾ ਜਾਪ ਕਰਵਾਉਂਦੇ ਹਨ ਅਤੇ ਉਸ ਵਾਹਿਗੁਰੂ ਸਿਮਰਨ ਵਿੱਚ ਸੰਗਤਾਂ ਜੁੜ ਬੈਠਦੀਆਂ ਹਨ ਜੀ। ਗੁਰਦੁਆਰਾ ਸ਼੍ਰੀ ਲੰਗਰ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਆਪਾਂ ਚੱਲਾਂਗੇ ਜੀ ਗੁਰਦੁਆਰਾ ਸ਼੍ਰੀ ਮਾਲ ਟੇਕਰੀ ਸਾਹਿਬ ਦੇ ਦਰਸ਼ਨਾਂ ਨੂੰ ਜੀ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਉ
ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ, ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਲਿਖਣਾ ਨਾ ਭੁੱਲਿਓ ਜੀ। ਸਤਿ ਸ਼੍ਰੀ ਅਕਾਲ। ਹੁਣ ਆਪਾਂ ਪਹੁੰਚੇ ਹਾਂ ਜੀ ਗੁਰਦੁਆਰਾ ਮਾਲ ਟੇਕੜੀ ਸਾਹਿਬ ਜੀ, ਜਿੱਥੇ ਪਾਤਸ਼ਾਹ ਨੇ ਦੱਬਿਆ ਹੋਇਆ ਖਜ਼ਾਨਾ ਕੱਢਿਆ ਸੀ ਜੀ। ਚੱਲਦੇ ਹਾਂ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਨੂੰ ਦਰਸ਼ਨ ਕਰਦੇ ਹਾਂ ਜੀ। ਮਹਾਰਾਜ ਨੇ ਉਰੇ ਖਜ਼ਾਨਾ ਸਿੰਘਾਂ ਨੂੰ ਵੰਡਿਆ ਸੀਗਾ ਜੀ, ਮਾਲ ਟੇਕੜੀ ਸਾਹਿਬ ਜੀ। ਮਾਲ ਮੈਨੇ ਖਜ਼ਾਨਾ, ਟੇਕੜੀ ਕਹਿੰਦੇ ਨੇ ਜੀ ਪਹਾੜੀ ਨੂੰ। ਇਹ ਉਹ ਸਥਾਨ ਆ ਜੀ, ਦਰਸ਼ਨ ਕਰਦੇ ਹਾਂ ਆਪਾਂ। ਇਹਦੇ ਕੋਲ ਦੱਬਿਆ ਖਜ਼ਾਨਾ ਕੱਢਿਆ ਅਤੇ ਵੰਡਿਆ ਪਾਤਸ਼ਾਹ ਨੇ ਇਸ ਜਗ੍ਹਾ ਦੇ ਉੱਤੇ ਜੀ। ਦਰਬਾਰ ਸਾਹਿਬ ਦੀ ਰਿਪੇਅਰ ਦਾ ਕੰਮ ਚੱਲ ਰਿਹਾ ਜੀ ਅਤੇ ਦਰਬਾਰ ਸਾਹਿਬ ਦੇ ਨਾਲ ਹੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਹੋਇਆ ਜੀ। ਇਹ ਸੋਹਣਾ ਉੱਚਾ ਨਿਸ਼ਾਨ ਸਾਹਿਬ ਝੂਲਦਾ ਹੋਇਆ ਜੀ ਉਸ ਜਗ੍ਹਾ 'ਤੇ ਜਿਸ ਜਗ੍ਹਾ 'ਤੇ ਦਸ਼ਮੇਸ਼ ਪਿਤਾ ਜੀ ਨੇ ਸਿੱਖ ਫੌਜਾਂ ਨੂੰ ਤਨਖਾਹਾਂ ਦਿੱਤੀਆਂ ਸਨ, ਸੋਨੇ ਦੀਆਂ ਮੋਹਰਾਂ ਢਾਲਾਂ ਭਰ ਭਰ ਕੇ ਵੰਡੀਆਂ ਸਨ। ਪਿਛਲੀ ਵੀਡੀਓ ਦੇ ਵਿੱਚ ਆਪਾਂ ਦਰਸ਼ਨ ਕਰ ਚੁੱਕੇ ਹਾਂ ਦਰਗਾਹ ਬਾਬਾ ਲੱਕੜ ਸ਼ਾਹ ਜੀ ਦੀ, ਜਿਨ੍ਹਾਂ ਨੇ ਖਜ਼ਾਨੇ ਦੀ ਜਿਹੜੀ ਰਖਵਾਲੀ ਕੀਤੀ ਸੀ। ਤੁਸੀਂ ਹੁਣ ਗੁਰਦੁਆਰਾ ਸ਼੍ਰੀ ਮਾਲ ਟੇਕੜੀ ਸਾਹਿਬ ਦਾ ਇਤਿਹਾਸ ਪੜ੍ਹ ਸਕਦੇ ਹੋ ਜੀ। ਆਪਾਂ ਗੁਰਦੁਆਰਾ ਮਾਲ ਟੇਕੜੀ ਸਾਹਿਬ ਦੇ ਦਰਸ਼ਨ ਕਰ ਲਏ ਨੇ ਜੀ। ਜਿਹੜੇ ਲੋਕਲ ਗੁਰਦੁਆਰਾ ਸਾਹਿਬ ਦੇ ਆਪਾਂ ਦਰਸ਼ਨ ਕੀਤੇ ਨੇ ਉਹਨਾਂ ਦੇ ਵਿੱਚੋਂ ਇਹ ਅਖੀਰਲਾ ਗੁਰਦੁਆਰਾ ਸਾਹਿਬ ਸੀ ਆਪਾਂ ਜੀ, ਇਹਦੇ ਵੀ ਦਰਸ਼ਨ ਕਰ ਲਏ ਨੇ ਜੀ। ਇਸ ਜਗ੍ਹਾ 'ਤੇ ਪਾਤਸ਼ਾਹ ਨੇ ਖਜ਼ਾਨਾ ਕੱਢਿਆ ਅਤੇ ਵੰਡਿਆ ਸੀ ਜੀ, ਢਾਲਾਂ ਭਰ ਭਰ ਸਿੰਘਾਂ ਨੂੰ ਵੰਡੀਆਂ ਜੀ। ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ, ਵੀਡੀਓ ਨੂੰ ਲਾਈਕ, ਚੈਨਲ ਨੂੰ ਸਬਸਕ੍ਰਾਈਬ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਜੀ। ਆਪਾਂ ਸਭ ਨੇ ਮਿਲ ਕੇ ਸਾਰੇ ਲੋਕਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲਏ ਹਨ ਜੀ। ਤੁਹਾਨੂੰ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਾ ਦਿਓ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ। ਸਾਡੀ ਹਜ਼ੂਰ ਸਾਹਿਬ ਵਾਲੀ ਇਹ ਪੂਰੀ ਵੀਡੀਓ ਪਲੇਲਿਸਟ ਜ਼ਰੂਰ ਦੇਖਿਓ ਜੀ। ਫਿਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਨਵੀਂ ਜਗ੍ਹਾ ਦੇ ਉੱਤੇ ਜੀ। ਤਦ ਤੱਕ ਲਈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।